ਇਹ ਬਿਮਾਰੀ ਐਸੀ ਹੈ ਸਾਰੀ ਜ਼ਿੰਦਗੀ ਬੰਦੇ ਨੂੰ ਪਤਾ ਨਹੀਂ ਲੱਗਦਾ ਕਿ ਮੈਨੂੰ ਨਸ਼ਾ ਲੱਗ ਗਿਆ। 20-20 ਸਾਲ 30-30 ਸਾਲ ਲੰਘ ਜਾਂਦੇ ਆ ਤੇ ਪਤਾ ਨਹੀਂ ਲੱਗਦਾ ਨਸ਼ਾ ਕਰਨ ਵਾਲੇ ਨੂੰ ਵੀ ਮੈਂ ਕਿੰਨੀ ਕੁ ਬਰਬਾਦੀ ਕਰ ਲਈ ਆਪਣੀ ਜਾਂ ਕਿੰਨੀ ਕੁ ਬਰਬਾਦੀ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਕਰੂੰਗਾ। ਤੇ ਤੁਸੀਂ ਕੀ ਸਮਝਦੇ ਕਿ ਇਹ ਬਿਮਾਰੀ ਮਾਮੂਲੀ ਹੈ? ਪਰਿਵਾਰਾਂ ਦੇ ਪਰਿਵਾਰ ਖਾ ਜਾਂਦੀ ਇਸ ਬਿਮਾਰੀ ਦੀ। ਜਿਹੜਾ ਸਭ ਤੋਂ ਪਹਿਲਾਂ ਸਿਮਟਮ ਪਤਾ ਕੀ ਹੈ? ਸਭ ਤੋਂ ਪਹਿਲਾਂ ਇਹ ਪਰਿਵਾਰ ਦੇ ਵਿੱਚ ਕਲੇਸ਼ ਪਾ ਦਿੰਦੀ ਹੈ, ਦੋ ਧੜ ਬਣਾ ਦਿੰਦੀ ਪਰਿਵਾਰ ਦੇ ਵਿੱਚ, ਅਤੇ ਇੱਧਰਲੇ ਪਾਸੇ ਅਤੇ ਉਹ ਠੀਕ ਤੇ ਕਹਿੰਦਾ ਮੁੰਡਾ ਮੁੰਡਾ ਗਲਤ ਥੜੀ ਨਾ ਕਹਿਣ ਲਿਆ। ਦੋ ਹਿੱਸਿਆਂ 'ਚ ਵੰਡ ਦੇਣਾ ਇਹਨੇ ਪਰਿਵਾਰ ਨੂੰ, ਭਾਵੇਂ ਪਰਿਵਾਰ ਦੇ ਚਾਰ ਮੈਂਬਰ ਹੋਣਗੇ ਨਾ, ਤਿੰਨ ਇੱਕ ਪਾਸੇ ਜਾਂ ਦੋ ਇੱਕ ਪਾਸੇ ਅਤੇ ਦੋ ਇੱਕ ਪਾਸੇ, ਇਹਨੇ ਦੋ ਹਿੱਸਿਆਂ 'ਚ ਵੰਡ ਦੇਣਾ ਪਰਿਵਾਰ ਨੂੰ। ਅੱਧੇ ਕਹਿਣਗੇ ਇਹਦਾ ਇਲਾਜ ਕਰਾਓ ਇਹਦਾ ਦਿਮਾਗ ਖਰਾਬ ਹੋ ਗਿਆ, ਅੱਧੇ ਕਹਿਣਗੇ ਕੁਝ ਨਹੀਂ ਹੋਇਆ ਧੀਏ, ਐਵੇਂ ਨਾ ਪੈਸੇ ਖਰਾਬ ਕਰੀ ਜਾਓ, ਡਾਕਟਰਾਂ ਦੇ ਤਾਂ ਪੈਸੇ ਲੈਣੇ ਹੁੰਦੇ। ਦੋ ਹਿੱਸਿਆਂ ਦੇ ਵਿੱਚ ਵੰਡਦੀ ਹੈ ਬਿਮਾਰੀ, ਔਰ ਇਹ ਬਿਮਾਰੀ ਐਸੀ ਆ ਬਾਏ ਜੀਨਸ ਆਈ, ਜੈਨੇਟਿਕ ਬਾਏ ਜੀਨਸ। ਤੁਸੀਂ ਕੌਣ ਕੌਣ ਹੋ ਜਿਹੜੇ ਮੇਰੀ ਗੱਲ ਨਾਲ ਸਹਿਮਤ ਹੋ ਕਿ ਸਾਡਾ ਜਿਹੜਾ ਸਰੀਰ ਆ ਬਣਿਆ ਵਾ, ਸਾਡਾ ਦਿਮਾਗ ਬਣਿਆ ਬਾਏ ਜੀਨਸ ਬਣਿਆ, ਬਾਏ ਪਿਤਾ ਪੁਰਖ ਹੀ ਬਣਿਆ? ਸਮਝਦੇ ਜੇ ਨਾ ਇਹ ਗੱਲ ਨੂੰ ਕਿ ਨਹੀਂ? ਕੌਣ ਕੌਣ ਸਹਿਮਤ ਹੋ ਇਹ ਗੱਲ ਨਾਲ, ਹੱਥ ਖੜਾ ਕਰੋ। ਤੁਸੀਂ ਆਪਣੇ ਮਾਂ ਪਿਓ ਦੇ ਬੱਚੇ ਜਿਹਦੇ ਆ ਉਹਨਾਂ ਦੇ ਥਰੂ ਹੀ ਬਣੇ ਜੇ, ਗੱਲ ਸਮਝੋ। 50% ਮਾਂ ਅਤੇ 50% ਪਿਓ ਪਲੱਸ ਇਹਨਾਂ ਦਾ ਖਾਨਦਾਨ। ਜਦੋਂ ਕੁੜੀ ਵੇਖਣ ਜਾਂਦੇ ਨਾ ਪਿਛਲੇ ਸਮੇਂ 'ਚ, ਕਹਿੰਦੇ ਭੂਆ ਨਾ ਮਿਲਾਓ, ਕਿਉਂ ਕਹਿੰਦੇ ਸੀ? ਜਦੋਂ ਕੁੜੀ ਦਾ ਰਿਸ਼ਤਾ ਕੁੜੀ ਵੇਖਣ ਜਾਂਦੇ ਸੀ ਨਾ, ਕਹਿੰਦੇ ਇਹਦੀ ਭੂਆ ਕਿੱਥੇ ਆ? ਭੂਆ ਨੂੰ ਕਿਉਂ ਕਹਿੰਦੇ ਸੀ ਵੀ ਭੂਆ ਵਾਲੇ ਜਿਹੜੇ ਗੁਣ ਆ ਨਾ ਉਹ ਅੱਗੇ ਧੀ ਦੇ ਵਿੱਚ ਆਉਣੇ ਆ। ਕਹਿੰਦੇ ਸੀ ਬਾਕੀ ਤਾਂ ਸਭ ਠੀਕ ਆ, ਇਹਨਾਂ ਦਾ ਜਿਹੜਾ ਮਾਮਾ ਹੈ ਨਾ ਉਹਨੇ ਕਤਲ ਕੀਤਾ ਸੀ। ਕਿੱਥੇ ਵੇਖੋ ਮੁੰਡੇ ਦਾ ਰਿਸ਼ਤਾ ਹੋਣ ਡਿਆ, ਕਿੱਥੇ ਮਾਮਾ ਆ ਗਿਆ? ਮਾਮਾ ਕਿਉਂ ਆ ਗਿਆ? ਜੀਨਸ ਬਾਏ ਜੀਨਸ ਹੁੰਦੀ ਹਰ ਚੀਜ਼। ਤੁਹਾਡਾ ਇੱਕ ਇੱਕ ਰੋਮ ਤੁਹਾਡੇ ਪੁਰਖਾਂ ਦਾ ਰਿਣੀ ਆ, ਸਿਰਫ ਜਾਇਦਾਦ ਨਹੀਂ ਪ੍ਰੋਪਰਟੀ ਨਹੀਂ, ਤੁਹਾਡਾ ਇੱਕ ਇੱਕ ਮਾਸ ਇੱਕ ਇੱਕ ਲਹੂ ਦਾ ਕਤਰਾ ਤੁਹਾਡੇ ਪੁਰਖਾਂ ਦਾ ਆ। ਮਤ ਭੁੱਲਿਓ ਜੇ ਆ ਜਿਹੜਾ ਅੰਦਰ ਆ ਜਿਹੜੀ ਆ ਜੋਸ਼ ਜਿਹਾ ਚੜ੍ਹਦਾ ਨਾ ਅੰਦਰ, ਇਹ ਕਲਗੀਆਂ ਵਾਲੇ ਦਾ ਦਿੱਤਾ ਜੋਸ਼ ਆ, ਇਹ ਪੁਰਖਾਂ ਤੋਂ ਮਿਲੀ ਹੋਈ ਜਾਇਦਾਦ ਆ। ਆ ਜਿਹੜੀਆਂ ਸਿਰ 'ਤੇ ਦਸਤਾਰਾਂ ਸੱਜਦੀਆਂ ਨਾ, ਇਹ ਵੀ ਪਿਤਾ ਪੁਰਖ ਹੀ ਚੱਲੀਆਂ ਆਉਂਦੀਆਂ। ਇਹ ਇਹਨੂੰ ਗੱਲ ਨੂੰ ਲਾਈਟ ਨਾ ਲਿਓ। ਇਸ ਕਰਕੇ ਸਾਡੀ ਜਿਹੜੀ ਬਿਮਾਰੀ ਆ ਇਹ ਪੁਰਖਾਂ ਤੋਂ ਆਈ ਹੋਈ ਬਿਮਾਰੀ ਆ। ਸਾਡਾ ਸੁਭਾਅ, ਸਾਡੀ ਸੋਚ, ਸਾਡਾ ਸੱਚ, ਸਾਡਾ ਝੂਠ, ਸਾਡੇ ਘਰਾਂ ਦੇ ਮਾਹੌਲ ਇਸ ਤਰ੍ਹਾਂ ਦੇ ਆ ਕਿ ਸਾਰੀ ਦਿਹਾੜੀ ਆਪਾਂ ਬੱਚੇ ਨੂੰ ਕਹਿਣਾ ਪੁੱਤ ਝੂਠ ਨਾ ਬੋਲਿਆ ਕਰ, ਵੇਖ ਤੇਰੇ ਝੂਠ ਕਰਕੇ ਨਾ ਤੇਰੀ ਮਾਂ ਬੜੀ ਦੁਖੀ ਹੁੰਦੀ, ਅਤੇ ਜਦੋਂ ਬੂਹਾ ਕੱਢਣਾ ਨਾ ਕਹਿੰਦੇ ਕਹਿੰਦੇ ਡੈਡੀ ਘਰ ਨਹੀਂ ਗਾ। ਇਸ ਤਰ੍ਹਾਂ ਦੇ ਸਾਡੇ ਲੁਕਵੇਂ ਜੇ ਝੂਠ ਆ ਕਹਿੰਦੇ ਕਹਿੰਦੇ, ਜਾਂ ਫੋਨ ਦੇ ਉੱਤੇ ਕਹਿਣ ਡੇ ਹੋਵਾਂਗੇ ਇੱਥੇ ਭਾਟੀਆ ਹਸਪਤਾਲ ਦੇ ਬਾਹਰ, ਭਾਅ ਜੀ ਮੈਂ ਤਾਂ ਬਟਾਲੇ ਹਾਂ। ਮੈਂ ਕਿਹਾ ਚੁੱਪ, ਪੈਸੇ ਦੇਣੇ ਸੀ ਨਾ, ਪੈਸੇ ਦੇਣੇ ਤੇ ਨਿਗਾ ਜਿਹਾ ਝੂਠ ਮਾਰ। ਇਹ ਨਿੱਕੇ ਨਿੱਕੇ ਝੂਠ ਮੁੜ ਕੇ ਬੱਚੇ ਦੇ ਦਿੰਦੇ ਆ, ਤੁਹਾਡੇ ਅੰਦਰ ਹੱਡਾਂ 'ਚ ਰਚ ਜਾਂਦੇ ਆ ਛੋਟੇ ਛੋਟੇ ਝੂਠ, ਛੋਟੀਆਂ ਛੋਟੀਆਂ ਠੱਗੀਆਂ, ਛੋਟੀਆਂ ਛੋਟੀਆਂ ਬੇਈਮਾਨੀਆਂ। ਅੱਛਾ ਤੁਸੀਂ ਮੰਨਣਾ ਆ ਵੀ ਇੱਕ ਝੂਠ ਹੁੰਦਾ, ਘਰ ਦੇ ਫੋਨ ਕਰਨਗੇ ਨਾ ਕਿੰਨੇ ਚਿਰ 'ਚ ਆਓਗੇ, ਆ ਮੈਂ 5 ਮਿੰਟ 'ਚ ਆ ਗਿਆ, ਅਤੇ ਪਹੁੰਚਣਾ ਕਿੰਨੇ ਚਿਰ 'ਚ। ਅੱਛਾ ਇਹ ਝੂਠ ਕਿਤਨਾ ਅੰਦਰ ਜਾ ਕੇ ਬੱਚੇ ਦੇ ਦਿੰਦਾ ਤੁਹਾਨੂੰ ਪਤਾ? ਤੁਸੀਂ ਸੋਚ ਵੀ ਨਹੀਂ ਸਕਦਾ, ਕੋਈ ਨਹੀਂ ਸੋਚ ਸਕਦਾ। ਇੱਕ ਕੀਟਾਣੂ ਤੋਂ ਹਜ਼ਾਰਾਂ ਕੀਟਾਣੂ ਕਿਹੜੇ ਵੇਲੇ ਬਣ ਜਾਂਦੇ ਆ? ਮੈਂ ਨਾ ਬਿੱਲਾ ਪਾਲਿਆ, 2 ਬਿੱਲੇ ਪਾਲੇ, ਇੱਕ ਬਿੱਲਾ ਨਾ ਮੇਰਾ ਲੜ ਪਿਆ ਕਿਸੇ ਬਾਹਰ ਦੇ ਬਿੱਲੇ ਨਾਲ, ਉਹਦੇ ਨਾ ਇੱਥੇ ਇਸ ਜਗ੍ਹਾ ਦੇ ਉੱਤੇ ਨਾ ਬਿੱਲੇ ਹਮੇਸ਼ਾ ਇੱਥੇ ਕਿਤੇ ਲੜਦੇ ਆ, ਆ ਜਿਹੜੀ ਉਹਨਾਂ ਦੀ ਚੀਜ਼ ਹੁੰਦੀ, ਉੱਥੇ ਕਿਤੇ ਦੰਦੀ ਵੜਤੀ ਦੂਜੇ ਬਿੱਲੇ ਨੇ, ਅਤੇ ਉਹ ਹੁਣ ਮੈਨੂੰ ਹੱਥ ਨਾ ਲਾਉਣ ਦੇਵੇ, ਮੈਂ ਉਹਦੇ ਉੱਥੇ ਦਵਾਈ ਲਾਉਣੀ ਸੀ, ਹੋਰ ਕਿਤੇ ਵੀ ਹੁੰਦੀ ਤਾਂ ਲਾਵਾਂ, ਮੂੰਹ ਦੇ ਉੱਤੇ ਲਾਵਾਂ ਤਾਂ ਮੈਨੂੰ ਕਚੀਚੀਆਂ ਲੈ ਕੇ ਪਵੇ ਵੀ ਨਾ ਇੱਥੇ ਹੱਥ ਲਾ, ਅਤੇ ਮੈਂ ਉਹਨੂੰ ਚੁੱਕਾਂ ਅਤੇ ਉਹ ਭੱਜੇ ਵੀ ਮੈਂ ਕਿਹਾ ਵੀ ਚੱਲ ਟੀਕਾ ਟੂਕਾ ਲਵਾ ਲੈਂਦੇ ਹਾਂ, ਅਤੇ ਵੇਖ ਲਓ ਆਪਣੇ ਆਪ ਹੀ ਕੀੜੇ ਪੈ ਗਏ ਉਹ ਥਾਂ ਦੇ ਵਿੱਚ। ਜਦੋਂ ਕੀੜੇ ਪਏ ਨਾ ਤਾਂ ਮਾੜਾ ਜਿਹਾ ਉਹਦਾ ਸਿਰ ਐਂ ਹੋ ਗਿਆ, ਸਿਰ ਘੁੰਮ ਗਿਆ ਮਾੜਾ ਜਿਹਾ, ਅਤੇ ਮੈਨੂੰ ਨਾਲ ਹੀ ਪਤਾ ਲੱਗ ਗਿਆ ਹੁਣ ਅਸੀਂ ਪੇਂਡੂ ਬੰਦੇ, ਮੈਂ ਕਿਹਾ ਕੀੜੇ ਪੈ ਗਏ।
ਮੈਂ ਕਿਹਾ ਹੁਣ ਤੇ ਪੁੱਤ ਤੂੰ ਦੰਦੀਆਂ ਵੱਢ ਤੇ ਭਾਵੇਂ ਮੈਨੂੰ ਵੱਢ ਲਾ, ਹੁਣ ਤੇ ਮੇਰੀ ਜ਼ਿੰਮੇਵਾਰੀ ਮੰਨਦੀ ਤੈਨੂੰ ਚੁੱਕ ਕੇ ਡਾਕਟਰ ਕੋਲ ਲੈ ਕੇ ਜਾਣਾ। ਤੇ ਜਦੋਂ ਸਾਡੇ ਪਰਿਵਾਰ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕੀੜਿਆਂ ਵਾਲਾ ਕੰਮ ਆਵੇ ਨਾ, ਸਾਡੀ ਬਹੁਤ ਤਕੜੀ ਜ਼ਿੰਮੇਵਾਰੀ ਬਣਦੀ ਵੀ ਬੰਦੇ ਨੂੰ ਚੁੱਕੋ ਤੇ ਮਿੰਟੋ ਮਿੰਟ ਉਸ ਡਾਕਟਰ ਕੋਲ ਲੈ ਜਾਓ ਜਿਹਦੀ ਲੋੜ ਆ। ਅਸੀਂ ਜੰਗਲਾਂ 'ਚ ਨਹੀਂ ਰਹਿੰਦੇ, ਅਸੀਂ ਪੰਜ ਪੰਜ ਸੱਤ ਸੱਤ ਅੱਠ ਅੱਠ ਸਾਲ ਨਰਕ ਦੇ ਵਿੱਚ ਕੱਢਦੇ ਐਵੇਂ ਯਾਰ ਅੱਜ ਠੀਕ ਹੋ ਜੂਗਾ, ਭਲ ਕੇ ਠੀਕ ਹੋ ਜੂਗਾ। ਜਿਹੜੇ ਕੀੜੇ ਪੈ ਗਏ ਇਸ ਤਰ੍ਹਾਂ ਠੀਕ ਨਹੀਂ ਹੋਣੇ, ਇਹ ਮਾਰਨੇ ਪੈਣੇ ਆ। ਆ ਜਿਹੜੇ ਨਸ਼ੇ ਦੇ ਕੀੜੇ ਜੰਮ ਪਏ ਆ ਨਾ ਅੰਦਰ, ਇਹ ਮਾਰਨੇ ਪੈਣੇ ਆ ਔਰ ਇਹ ਮਰਨੇ ਵੀ। ਤੁਹਾਨੂੰ ਮੈਂ ਦੱਸਾਂ ਹੈਰਾਨੀ ਵਾਲੀ ਗੱਲ, ਇਹਨਾਂ ਨੂੰ ਇਹ ਸਵਾਏ ਜਾਣੇ ਬਸ। ਤੁਸੀਂ ਕਹਿਣਾ ਵੀ ਡਰਾਉਂਦਾ ਬੜਾ ਬੰਦਾ, ਤੇ ਸਵਾਈ ਰੱਖੋ ਜਿੰਨੀ ਦੇਰ ਤੱਕ ਸੁੱਤੇ ਰਹਿੰਦੇ ਕੰਮ ਕਰਨਾ ਗੂ।